ਉਦੋਂ ਬਾਅਦ ਉਹ ਦੂਸਰੀ ਹਿਪ ਰਿਪਲੇਸਮੈਂਟ ਵੀ ਕਰਵਾ ਚੁੱਕੇ ਆ। ਇਸ ਕਰਕੇ ਅਗਰ ਤੁਸੀਂ ਵੀ ਨਾਲ ਹਿੰਮਤ ਕਰੋ, ਆਪਣੀ ਐਕਸਰਸਾਈਜ਼ ਕਰੋ ਅਤੇ ਆਪਣੇ ਜਿਹੜੇ ਮਸਲਸ ਹੈਗੇ ਸਟਰੋਂਗ ਬਣਾਓ, ਆਪਣੇ ਗੋਡੇ ਨੂੰ ਜਾਂ ਜੋ ਵੀ ਜੋੜ ਹੈਗਾ ਉਸਨੂੰ ਤੋਰਨਾ ਸ਼ੁਰੂ ਕਰੋ, ਚਲਾਓ ਉਸਨੂੰ, ਤਾਂ ਤੁਸੀਂ ਆਪਣੀ ਪੂਰੀ ਨੋਰਮਲ ਲਾਈਫ ਸਟਾਈਲ ਜੀ ਸਕਦੇ ਹੈ। ਇਹਦੇ ਵਿੱਚ ਤੁਹਾਨੂੰ ਕੋਈ ਰੁਕਾਵਟ ਨਹੀਂ ਆਉਂਦੀ। ਮੇਰੇ ਕੋਲ ਪੇਸ਼ੈਂਟਸ ਹੈਗੇ ਜਿਨ੍ਹਾਂ ਦੇ ਉਹਨਾਂ ਨੂੰ ਹੁਣ 15-20 ਸਾਲ ਹੋ ਗਏ, ਉਦੋਂ ਬਾਅਦ ਵੀ ਟੈਕਸੀ ਚਲਾਉਂਦਿਆਂ ਨੂੰ ਦੋਨੇ ਗੋਡੇ ਪਵਾਏ ਹੋਏ, ਉਹਨਾਂ ਨੇ ਉਹ ਟੈਕਸੀ ਚਲਵਾ ਰਹੇ ਆ, ਕੋਈ ਆਪਣਾ ਕੰਮ ਕਰ ਰਹੇ ਆ। ਰੀਸੈਂਟਲੀ ਇੱਕ ਹੋਰ ਲੇਡੀ ਆਈ ਸੀ, ਉਹ ਆਪਣੇ ਵੇਅਰ ਹੈਅਰ ਵਿੱਚ ਕੰਮ ਕਰਦੀ ਆ, ਉਹਨਾਂ ਦੇ ਦੋਨੇ ਹੀ ਪ੍ਰਿਪਲੇਸਮੈਂਟ ਹੋ ਚੁੱਕੇ ਔਰ ਵਾਪਸ ਉਹ ਕੰਮ ਕਰ ਰਹੇ ਆ। ਡਾਕਟਰ ਸਾਹਿਬ, ਜਿਹੜੇ ਜੋੜ ਨੇ, ਇੱਕ ਹੋਰ ਸਵਾਲ ਮੈਂ ਸ਼ਾਇਦ ਤੁਹਾਨੂੰ ਪਿਛਲੇ ਪ੍ਰੋਗਰਾਮ 'ਚ ਵੀ ਪੁੱਛਿਆ ਸੀ,